ये जो तुसी घर दे विच सत्थर विछे देख रहे हो, इस परिवार ने अपना कमाऊ पुत गवा लिया है। डेरा बाबा नानक दे पिंड पड्डा दे 35 साल नौजवान शौकत मसीह दी बिजली दियां हाई वोल्टेज तारां दी लपेट विच आउण करके मौत हो गई है। जानकारी दिंदे मृतक दे पिता लखा मसीह ते उस दे नाल काम करन वाले नौजवानां ने दस्सिया कि उह पिंड कालांवाली दे विच बण रहे नैशनल हाईवे विच आईयां दुकानां दा लैंटर तोड़ रहे सी तां अचानक लैंटर दा सरिया उपरों लंघ रही हाई वोल्टेज तारां नाल जा लगा, जिस करके उक्त नौजवान बेहोश हो गया। उस दे नाल काम करदे नौजवानां ने दस्सिया कि उन्हां उस नूं तुरंत मिट्टी विच दब के तलिया वगैरह चस्सियां लेकिन उसकी हालत नाजुक देखते हुए उस नूं डेरा बाबा नानक दे सरकारी हस्पताल लिजाया गया, जिथे डाक्टरां ने बिना दाखिल किए उस नूं मृतक घोषित कर दिता। परिवार वालों दुख ना सहारते हुए उसनू अपने घर मिट्टी विच लिया के दबाया गया। 2-2.5 घंटे उस दियां तलियां नू चस्या गया। उन्हां नू उम्मीद सी कि शायद उन्हां दे पुत दी जान बच जावे, लेकिन अजिहा नहीं हो सकिया। परिवारक मैंबरां ने प्रशासन तो मांग की है कि उक्त दुकानां दे मालक उत्ते सख्त कार्रवाई की जाए, क्योंकि उसकी लापरवाही दे नाल ये हादसा वापरिया है। अगर उसके दुकाना ढाण तो पहला बिजली दियां तारां बारे परमिट लिया हुंदा तां ये हादसा नहीं सी वापरना। मृतक नौजवान अपने पिछे 2 छोटे बच्चे पत्नी अते बुजुर्ग माता पिता नूं छड्ड गया है। उधर मृतक दे नूं कब्जे विच लै के पोस्टमार्टम करवाया जा रहा है अते डेरा बाबा नानक पुलिस दे वल्लों पुलिस इस मामले दे उत्ते कानूनी कार्रवाई की जा रही है। तो पूरे मामले बारे की कहना है पीड़ित पिता अते उसके साथियों का, आओ देखते हाँ। मेरा नाम लखा मसीह है जी, मेटल ना ओदा नाम शौकत मसीह ओदा टोनी कहिंदे आ, टोनी कहिंदे आ। की गल की है, किस तरह बते दुकाना ढाउण डे वी किसे दीआं पता नहीं कितीआं, मैनूं नहीं पता। ਉਹ ਸਰੀਆ ਨਿਕਲ ਕੇ ਵਿੱਚ ਬੱਤੀ ਬੁੱਤੀ ਲੱਗ ਗਈ ਉੱਥੇ। ਕਿਹਦੀ ਲਾਪਰਵਾਹੀ ਮੰਨਦੇ ਫਿਰ ਤੁਸੀਂ? ਦੇ ਲਾਪਰਵਾਹੀ ਤੇ ਜਿੰਨਾ ਲਾਇਆ ਸੀ ਦੱਸ ਸਕਦੇ ਸੀ ਵੀ ਆਹ ਬੱਤੀ ਵੀ ਹੈਗੀ ਸੀ ਜਾਂ ਕਿੱਦਾਂ ਆ, ਜਾਂ ਲਾ ਕੇ ਖਿਆਲ ਰੱਖਦੇ ਹੋ ਤੇ ਬਚਾ ਹੋ ਜਾਂਦਾ, ਬੱਤੀ ਬੰਦ ਕਰਾ ਕੇ ਕਟਵਾਉਂਦੇ ਯਾਰ। ਕੋਈ ਲੱਗੇ ਨਹੀਂ ਸੀ? ਨਹੀਂ ਕੋਈ ਵੀ। मंग का चल गया, अपने बच्चे पालदा आलू खवालदा आलू भी नाल पालदा ही। एहो ही साडा घर चलाउंदा ही, होर कौन साडे च कम करन वाला ही कोई नहीं है। निक्का मुंडा मेरा तो कम वाला नहीं है, इह घर चलन डिया ही। इह जिहदी भी लापरवाही उहदी कारवाई होनी चाहीदी है जी। हुण इह ते वापस नहीं आउणा, ਇਹਦੇ ਬੱਚੇ ਨਿੱਕੇ ਨਿੱਕੇ ਵਿਚਾਰੇ, ਉਹ ਖਾਣ ਪੀਣ ਦੇ ਸਾਧਨ ਉਹਨਾਂ ਦਾ ਤੇ ਹੋਣਾ ਚਾਹੀਦਾ ਹੀ ਆ। ਹਾਂ, ਇਨਸਾਫ ਹੋਣਾ ਚਾਹੀਦਾ ਜੀ। ਕੀ ਮਾਮਲਾ ਹੈ ਜੀ? ਬੱਤੀ ਰੱਖੀ ਮੁੰਡੇ ਨੇ ਮਾਮਲਾ ਇਹ ਦੁਕਾਨਾਂ ਹੀ ਪ੍ਰੀਤ ਪੈਲਸ ਦੇ ਕੋਲ ਬਟਾਲੇ ਰੋਡ ਤੇ, ਡੇਰਾ ਬਾਬਾ ਨਾਨਕ ਜੋ ਬਟਾਲਾ ਰੋਡ ਜਾਂਦਾ ਉਹ ਤੇ ਦੁਕਾਨਾਂ ਹੀ, ਤੇ ਦੁਕਾਨਾਂ ਜਿਹੜੀਆਂ ਵੀ ਇਹ ਢਾਉਣ ਡਏ ਸੀ ਤੇ ਉੱਤੇ ਹੈਵੀ ਲੈਣ ਜਾਣ ਡਈ ਸੀ ਤੇ ਉਹਦੇ ਨਾਲ ਸਰੀਆ ਲੱਗ ਗਿਆ ਤੇ ਇਹਨੂੰ ਕਰੰਟ ਪੈ ਗਿਆ ਤੇ ਠੇਕੇਦਾਰ ਉੱਥੇ ਹਾਜ਼ਰ ਨਹੀਂ ਤੇ ਨਾ ਮਕਾਨ ਜਿਹੜਾ ਮਾਲਕ ਸੀ ਉਹ ਹਾਜ਼ਰ ਸੀ। ਜਿਹੜਾ ਮਾਲਕ ਹੈ ਉਹਦੀ ਲਾਪਰਵਾਹੀ ਆ, ਉਹਨੇ ਧਿਆਨ ਨਹੀਂ ਗਾ ਦਿੱਤਾ, ਇਹਨਾਂ ਨੂੰ ਦੱਸਿਆ ਨਹੀਂ, ਇਹਨੂੰ ਗੈਰ ਨਹੀਂ ਇਹਨਾਂ ਨੂੰ ਕੀਤਾ ਵੀ ਇਹ ਬੱਤੀ ਜਿਹੜੀ ਉੱਥੋਂ ਦੀ ਜਾਣ ਡਈ ਜੇ ਤੇ ਇਹਨੂੰ ਵੇਖ ਕੇ ਤੇ ਫੇਰ ਢਾਇਓ ਜਿਹੜੀਆਂ ਹੈਗੀਆਂ ਨੇ ਤੇ ਉਹ ਅਜੇ ਤੱਕ ਹਾਜ਼ਰ ਨਹੀਂ ਹੋਇਆ। ਸਰ ਜਿਸ ਤਰ੍ਹਾਂ ਲੈ ਲੰਘ ਰਹੀ ਆ, ਇੱਕ ਪਾਸੇ ਲੇਬਰ ਡਾਈ ਆ, ਦੁਕਾਨ ਮਾਲਕ ਦਾ ਫਰਜ਼ ਪੈਂਦਾ ਸੀ ਕਿ ਉਹ ਲਾਈਟ ਤੋਂ ਕੱਟ ਵਗੈਰਾ ਕਰਾਇਆ ਜਾਂਦਾ। ਬਿਲਕੁਲ, ਉਹਨਾਂ ਨੂੰ ਚਾਹੀਦਾ ਸੀ ਉੱਥੋਂ ਜਿਹੜਾ ਵੀ ਪਰਮਿਟ ਲੈਂਦੇ, ਪਰਮਿਟ ਲੈ ਕੇ ਤੇ ਫੇਰ ਜਿਹੜੀਆਂ ਦੁਕਾਨਾਂ ਢਾਉਂਦੇ, ਕਿ ਉਹਨਾਂ ਦੀ ਬਹੁਤ ਤਗੜੀ ਲਾਪਰਵਾਹੀ ਆ। ਕੀ ਮੰਗਿਆ ਤੁਹਾਡੀ ਸਰ ਪ੍ਰਸ਼ਾਸਨ ਤੋਂ? ਮੰਗ ਸਾਡੀ ਇਹ ਆ ਵੀ ਗਰੀਬ ਆਦਮੀ ਨੇ ਮਾਤਰ ਬੰਦੇ ਆ, ਦਿਹਾੜੀ ਕਰਕੇ ਤੇ ਆਪਣਾ ਡੰਗ ਡਰਾ ਪਾਉਣ ਡਏ ਸੀ ਤੇ ਇਹਦੇ ਤੇ ਜਿਹੜੀ ਕਾਰਵਾਈ ਕੀਤੀ ਜਾਏ।
ਤੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਹੱਕ ਦਵਾਇਆ ਜਾਏ। ਇਹਦੇ ਸੰਬੰਧੀ ਪੁਲਿਸ ਨੂੰ ਫੋਨ ਕੀਤਾ? ਪੁਲਿਸ ਨੂੰ ਫੋਨ ਕੀਤਾ, ਪੁਲਿਸ ਆਉਣ ਰਹੀ ਹੈ। ਹਾਂਜੀ, ਮੇਰਾ ਨਾਮ ਜੋਗਨ ਮਸੀਹ। ਜਿਹੜੇ ਵੀਰ ਨੂੰ ਬੱਤੀ ਲੱਗੀ ਹੈ, ਕੀ ਮਾਮਲਾ ਕੀ ਹੈ? ਭਾਜੀ, ਆਪਾਂ ਡੇਰਾ ਬਾਬਾ ਨਾਨਕ ਛਾਲਪੁਰ ਦੇ ਹਾਂ। ਸੜਕ ਤੇ ਆਉਂਦੀਆਂ ਦੁਕਾਨਾਂ ਭਾਜੀ, ਉਹਨਾਂ ਦਾ ਲੈਂਟਰ ਤੋੜਨ ਦੇ ਹਾਂ ਤੇ ਲੈਂਟਰ ਭਾਜੀ ਤੋੜਦੇ ਹਾਂ ਤਾਂ ਉੱਤੇ ਅਚਾਨਕ ਸਰੀਆ ਲੱਗ ਗਿਆ। ਉਹਨਾਂ ਨਾਲ ਭਾਜੀ ਇਹਨਾਂ ਦੇ ਮਤਲਬ ਥੱਲੇ ਡਿੱਗ ਪਏ ਤੇ ਬਾਅਦ 'ਚ ਇਹਨਾਂ ਉੱਥੋਂ ਚੁੱਕ ਕੇ ਮਿੱਟੀ ਮਿੱਟੀ 'ਚ ਦੱਬਿਆ ਤੇ ਤਲੀਆਂ ਤਲੀਆਂ ਝੱਸੀਆਂ। ਬਾਅਦ 'ਚ ਭਾਜੀ ਇਹਨਾਂ ਨੂੰ ਡੇਰਾ ਬਾਬਾ ਨਾਨਕਾ ਹਸਪਤਾਲ ਖੜਿਆ ਸਰਕਾਰੀ, ਉੱਥੇ ਭਾਜੀ ਜਾ ਡਾਕਟਰਾਂ ਨੇ ਉਸੇ ਵੇਲੇ ਜਵਾਬ ਦੇ ਦਿੱਤਾ ਤੇ ਇਹਨਾਂ ਭਾਜੀ ਘਰ ਲਿਆਂਦਾ ਵਾ। ਹਾਂਜੀ, ਘਰ ਲਿਆ ਕੇ ਇਹਨੇ ਭਾਜੀ ਦੱਬਿਆ ਮਿੱਟੀ 'ਚ, ਹੱਥਾਂ ਪੈਰਾਂ ਤਲੀਆਂ ਡੇ ਝੱਸਣ। ਦੁਕਾਨਾਂ ਦਾ ਮਾਲਕ ਲੱਗੇ? ਨਹੀਂ ਭਾਜੀ, ਦੁਕਾਨਾਂ ਦਾ ਮਾਲਕ ਨਹੀਂ, ਕੋਈ ਨਹੀਂ ਲੱਗੇ। ਭਾਜੀ ਮੰਗ ਇਹੀ ਆ, ਗਰੀਬ ਪਰਿਵਾਰ ਹੈ, ਇਹਨਾਂ ਦਾ ਕੁਛ ਸੋਚਿਆ ਜਾਵੇ।